ਕੁਝ ਪਿੰਡਾਂ ਦੇ ਵਿੱਚ ਬੀਤੇ ਦਿਨੀ ਜਾਣ ਤੇ ਇੱਕ ਚੀਜ਼ ਸਾਹਮਣੇ ਆਈ ਹੈ ਕਿ ਬਹੁਤ ਸਾਰੇ ਕਿਸਾਨ ਵੀਰ ਪੂਸਾ 44 ਝੋਨੇ ਦੀ ਹਰੀ ਭਰੀ ਤੇ ਕਾਮਯਾਬ ਫਸਲ ਵਾ ਰਹੇ ਐ। ਕਾਰਨ ਪੁੱਛਣ ਤੇ ਪਤਾ ਲੱਗਿਆ ਕਿ ਵੀ ਸਾਨੂੰ ਅੱਜ ਪਤਾ ਲੱਗਿਆ ਕਿ ਇਹ ਝੋਨਾ ਤਾਂ ਪੱਕਣਾ ਹੀ ਨਹੀਂ ਅਸੀਂ ਲੇਟ ਹੋ ਗਏ ਸੀਗੇ। ਇਸ ਸੰਬੰਧੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗਾ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਵੱਲੋਂ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਦੋਸਤੋ ਪਹਿਲਾਂ ਤੇ ਝੋਨਾ ਦੇਖੋ ਜਿਹੜਾ ਝੋਨਾ ਤੁਸੀਂ ਦੇਖ ਰਹੇ ਹੋ ਇਹ ਸਰਦਾਰ ਗੁਰਪ੍ਰੀਤ ਸਿੰਘ ਦਾ ਹੈ ਇਹਨਾਂ ਦਾ ਪਿੰਡ ਸਦਾਨਾ ਜ਼ਿਲ੍ਹਾ ਬਠਿੰਡਾ ਹੈ ਬਹੁਤ ਮਿਹਨਤੀ ਕਿਸਾਨ ਹੈ ਤਕਨੀਕ ਨਾਲ ਖੇਤੀ ਕਰਨ ਵਾਲੇ ਕਿਸਾਨ ਹੈ ਤੇ ਸਬਰ ਤੇ ਸੰਤੋਖ ਵਾਲੇ ਕਿਸਾਨ ਹੈ ਇਹਨਾਂ ਦਾ ਝੋਨਾ ਜਿਹੜਾ 42 ਤੋਂ 43 ਦਿਨ ਦਾ ਹੋ ਗਿਆ ਪੀਆਰ 118 ਵੈਰੈਟੀ ਹੈ ਪਹਿਲਾਂ ਖੇਤ ਦੇ ਵਿੱਚ ਤਜਰਬਾ ਕੀਤਾ ਕੋਸਟੋ ਬਾਦ ਦੇ ਵਿੱਚ ਹੋਰ ਕਿੱਲਿਆਂ ਦੇ ਵਿੱਚ ਝੋਨੇ ਦੀ ਬਜਾਈ ਕੀਤੀ ਜਿਹੜਾ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਨਾਂ ਦੇ ਖੇਤ ਦੇ ਵਿੱਚ ਹੋਈ ਹੈ ਤੁਸੀਂ ਝੋਨਾ ਦੇਖੋ ਨਾਲ ਪੂਸਾ 44 ਦੀ ਗੱਲ ਕਰਦੇ ਹਾਂ ਦੋਸਤੋ ਪੂਸਾ 44 ਝੋਨਾ ਜਿਹੜਾ ਹੈਗਾ ਪਹਿਲਾਂ ਤੇ ਦੇਖੀ ਕਿ ਟਾਈਮ ਕਿੰਨਾ ਲੈਂਦਾ ਹੈ ਇਹ ਲਗਭਗ 160 ਦਿਨ ਲੈਂਦਾ ਹੈ 160-62 ਦਿਨ ਦੇ ਵਿੱਚ ਇਹ ਜੇਕਰ ਪਨੀਰੀ ਦੇ ਨਾਲ ਅਸੀਂ ਲਾਉਣੀ ਹੈ ਤਾਂ 160-62 ਦਿਨ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦਾ ਹੈ ਜੇ ਪੂਸਾ ਝੋਨਾ ਦੀ ਸਿੱਧੀ ਬਿਜਾਈ ਕਰਦੇ ਹਾਂ ਤਾਂ ਇਹ ਲਗਭਗ 150-52 ਦਿਨ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦਾ ਹੈ ਹੁਣ ਮੰਨ ਲਓ ਕਿ ਤੁਸੀਂ 1 ਜੂਨ 2020 ਨੂੰ ਪੂਸਾ 44 ਝੋਨੇ ਦੀ ਬਿਜਾਈ ਕੀਤੀ ਹੈ ਉਹਦੇ 152 53 ਦਿਨ ਬਣਨਗੇ 1 ਨਵੰਬਰ 2020 ਨੂੰ 1 ਨਵੰਬਰ 2020 ਨੂੰ ਮਤਲਬ ਕਿ 15 ਕੱਤੇ ਦੇ ਨੇੜੇ ਉਹਦੇ ਦਿਨ ਪੂਰੇ ਹੁੰਦੇ ਆ ਤਾਂ 15 ਕੱਤੇ ਨੂੰ ਉਹਨੇ ਵਢਿਆ ਜਾਣਾ ਹੁਣ ਇੱਕ ਚੀਜ਼ ਨੋਟ ਕਰੋ ਕਿ ਅੱਗੇ ਵੀ ਤਾਂ ਸੀ ਇਸੇ ਟਾਈਮ ਦੇ ਉੱਪਰ ਪੂਸਾ 44 ਝੋਨਾ ਵੱਢਦੇ ਸੀਗੇ ਇਹਨਾਂ ਦਿਨਾਂ ਦੇ ਵਿੱਚ ਹੀ ਪੱਕਦਾ ਸੀ ਹੁਣ ਜਿਹੜੇ ਵੀਰ ਤੁਹਾਨੂੰ ਇਹ ਕਹਿ ਰਹੇ ਆ ਕਿ ਪੱਕਣਾ ਨਹੀਂ ਉਹਨਾਂ ਦੀ ਗੱਲ ਜੇ ਮੰਨ ਲਈਏ ਤਾਂ ਜੇਕਰ ਹੋਰ ਵੀ ਕੁਝ ਦਿਨ ਲੇਟ ਹੋ ਜਾਂਦਾ ਹੈ ਤਾਂ ਅਸੀਂ ਕਣਕ ਤੋਂ ਲੇਟ ਨਹੀਂ ਹੁੰਦੇ ਰੱਬ ਨਾ ਕਰੇ ਕਿ ਅਸੀਂ ਕਣਕ ਤੋਂ ਲੇਟ ਵੀ ਹੋ ਜਾਈਏ ਤਾਂ ਸਾਡੇ ਕੋਲ ਇਹੋ ਜੀਆਂ ਕਿਸਮਾਂ ਹੈਗੀਆਂ ਜਿਹੜੀਆਂ ਕਿ ਅਸੀਂ ਦਸੰਬਰ 'ਚ ਵੀ ਵੀ ਸਕਦੇ ਆ ਤੇ ਸਹੀ ਮਹੀਨੇ ਦੇ ਵਿੱਚ ਪੂਸਾ 44 ਵਾਲੇ ਕਿਸਾਨ ਵੀਰ ਜਿਹੜੀ ਕਣਕ ਦੀ ਬਿਜਾਈ ਕਰਦੇ ਆ ਉਹ 10 ਨਵੰਬਰ ਤੋਂ ਪਿੱਛੋਂ ਪਿੱਛੋਂ ਸਟਾਰਟ ਕਰਦੇ ਆ ਤੇ 1 ਜੂਨ ਦਾ ਬੀਜਿਆ ਹੋਇਆ ਝੋਨਾ 1 ਨਵੰਬਰ ਤੱਕ ਖੇਤ ਨੂੰ ਵਿਹਲਾ ਕਰਨ ਦਾ ਕਰਦਾ ਤੇ ਜੇ 5 ਜੂਨ ਨੂੰ ਬੀਜਿਆ ਝੋਨਾ ਹੈ ਤੇ ਉਹ 5 ਨਵੰਬਰ ਨੂੰ ਖੇਤ ਵਿਹਲਾ ਕਰ ਦੇਗਾ ਮਤਲਬ ਇਹ ਕਿ ਤੁਸੀਂ 15 ਕੱਤੇ ਤੋਂ ਲੈ ਕੇ 20 ਕੱਤੇ ਤੱਕ ਬੂਸਾ 44 ਝੋਨਾ ਵਧ ਸਕਦੇ ਹਾਂ ਜੇ 1 ਜੂਨ ਤੋਂ ਲੈ ਕੇ 5 ਜੂਨ ਦੇ ਵਿਚਕਾਰ ਬੀਜਿਆ ਹੈ ਤਾਂ ਤਾਂ ਇਸ ਲਈ ਇਹਨਾਂ ਗੁੰਮਰਾਹਕੁਨ ਪ੍ਰਚਾਰ ਕਰਨ ਵਾਲਿਆਂ ਦੇ ਚਾਂਸੇ ਦੇ ਵਿੱਚ ਨਾ ਆਓ ਖੁਦ ਆਪਣਾ ਕੈਲਕੂਲੇਟ ਕਰੋ ਬਾਕੀ ਰਹੀ ਗੱਲ ਕੋਈ ਦਿੱਕਤ ਹੈ ਤਾਂ ਖੇਤੀਬਾੜੀ ਵਿਭਾਗ ਦੇ ਨਾਲ ਸੰਪਰਕ ਕਰੋ ਉਹਨਾਂ ਦੀ ਸਹਾਇਤਾ ਲਵੋ ਇਹ ਪ੍ਰਚਾਰ ਵਾਲਿਆਂ ਬਾਰੇ ਤਾਂ ਮੈਂ ਜਿਹੜਾ ਤੁਸੀਂ ਆ ਵੀਡੀਓ ਦਾ ਦੇਖ ਰਹੇ ਹੋ ਸਕਰੀਨਸ਼ਾਟ ਇਹ ਵੀਡੀਓ 22 ਮਈ ਨੂੰ ਹੀ ਪਾ ਦਿੱਤੀ ਸੀ ਕਿ ਜਿਹੜੀ ਅਸੀਂ ਸਿੱਧੀ ਬਿਜਾਈ ਨੂੰ ਅਸੀਂ ਸੌਖੀ ਸਮਝ ਰਹੇ ਸੀਗੇ ਇਹਨਾਂ ਲੋਕਾਂ ਨੇ ਕਿਸਾਨ ਨੂੰ ਗੁੰਮਰਾਹ ਕਰ ਕਰਕੇ ਕਰ ਕਰਕੇ ਇੱਕ ਇਹੋ ਜਿਹਾ ਤਾਣਾ ਬਾਣਾ ਬਣਾਇਆ ਕਿ ਕਿਸਾਨ ਦੇ ਘਰੇ ਰਜਾਨਾ ਮੈਸੇਜ ਆ ਰਿਹਾ ਕਿ ਤੇਰਾ ਝੋਨਾ ਕਾਲਾ ਹੋ ਗਿਆ ਪੀਲਾ ਹੋ ਗਿਆ ਚਿੱਟਾ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਤਾਂ ਕਿਸਾਨ ਬਲਕਿ ਉਸ ਦਾ ਕੰਮ ਵਧ ਗਿਆ ਹੈ ਕੰਮ ਹੀ ਨਹੀਂ ਵਧਿਆ ਕਿਸਾਨ ਨੇ ਪਤਾ ਨਹੀਂ ਕੀ ਗੁਨਾਹ ਕਰ ਲਿਆ ਕਿ ਉਹਨੂੰ ਇੰਨੀ ਮਾਨਸਿਕ ਪਰੇਸ਼ਾਨੀ ਦਿੱਤੀ ਜਾ ਰਹੀ ਹੈ ਕਿ ਉਹ ਪਰੇਸ਼ਾਨ ਹੋ ਗਿਆ ਤਾਂ ਦੋਸਤੋ ਇਹ ਤਾਂ ਮੈਂ ਤੁਹਾਨੂੰ ਦੇਖੋ 22 ਮਈ ਨੂੰ ਹੀ ਦੱਸ ਚੁੱਕਾ ਸੀ ਕਿ ਇਹ ਚੀਜ਼ਾਂ ਤੁਹਾਡੇ ਨਾਲ ਘਟਨਾ ਘਟਣੀਆਂ ਲੋਕ ਜਿਹੜਾ ਹੈਗਾ ਜਾਣ ਬੁੱਝ ਕੇ ਗਲਤ ਤਰੀਕੇ ਦੇ ਨਾਲ ਗਲਤ ਪ੍ਰਚਾਰ ਜਿਹੜਾ ਹੈਗਾ ਕਰ ਰਹੇ ਹੈ ਜਿਹੜੇ ਕਿ ਤੁਹਾਨੂੰ ਇਹਦੇ ਵਿੱਚ ਕਾਮਯਾਬ ਹੁੰਦਾ ਨਹੀਂ ਦੇਖਣਾ ਚਾਹੁੰਦੇ ਤੇ ਜੇਕਰ ਤੁਸੀਂ ਮੌਸਮ ਦੀ ਮਾਰ ਤੋਂ ਬਚ ਗਏ ਹੋ ਤੁਸੀਂ ਇਹਨਾਂ ਦੇ ਪ੍ਰਚਾਰ ਤੋਂ ਬਚ ਕੇ ਤੇ ਬਿਲਕੁਲ ਸਹੀ ਤਕਨੀਕ ਅਪਣਾ ਕੇ ਬਿਲਕੁਲ ਸਹੀ ਝੋਨਾ ਉਗਾ ਲਿਆ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਵੀ ਤੁਹਾਨੂੰ ਜਿਹੜਾ ਹੈਗਾ ਪਰੇਸ਼ਾਨੀ ਦੇਣਾ ਇਹ ਆਪਣਾ ਹੱਕ ਸਮਝਦੇ ਐ ਇਸ ਕਰਕੇ ਦੋਸਤੋ ਖੇਤੀ ਮਾਰਾਂ ਦੀ ਰਹਿ ਲੋ ਸੁਣੀਆਂ ਸੁਨਾਈਆਂ ਗੱਲਾਂ ਦੇ ਉੱਪਰ ਵਿਸ਼ਵਾਸ ਨਾ ਕਰੋ ਕਿਉਂਕਿ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਅੱਜ ਲਗਭਗ 15 ਤੋਂ 20 ਫੋਨ ਕਾਲ ਇਸੇ ਕੰਮ ਲਈ ਆਈਆਂ ਕਿ ਉਹਨਾਂ ਦਾ ਕੱਦੂ ਵਾਲਾ ਝੋਨਾ ਕਿਸੇ ਦੀ ਤੂਈ ਸੁੱਕ ਰਹੀ ਹੈ ਕਿਸੇ ਦੀ ਨਵੀਂ ਸ਼ਾਖਾ ਸੁੱਕ ਰਹੀ ਹੈ ਕਿਸੇ ਦੇ ਪੱਤੇ ਜੰਗਾਲੇ ਹੋ ਗਏ ਹੈ ਕੋਈ ਝੋਨਾ ਪੀਲਾ ਹੋ ਗਿਆ ਕਿਸੇ ਦੀ ਲਾਈ ਹੋਈ ਪਨੀਰੀ ਸੁੱਕ ਗਈ ਹੈ ਕਿਉਂਕਿ ਮੌਸਮ ਗਰਮ ਹੈ ਤਾਂ ਉਹ ਵਿਅਕਤੀ ਕੇਵਲ ਤੇ ਕੇਵਲ ਉਹਦਾ ਹੀ ਇਲਾਜ ਪੁੱਛ ਰਹੇ ਹੈ ਪ੍ਰੰਤੂ ਜਿਹੜਾ ਕਿਸਾਨ ਵੀਰ ਸਿੱਧੀ ਬਿਜਾਈ ਵਾਲਾ ਫੋਨ ਕਰਦਾ ਹੈ ਜੇ ਉਹਦੇ ਖੇਤ ਵਿੱਚ ਕੋਈ ਦਿੱਕਤ ਹੈ ਤਾਂ ਉਹ ਇਹ ਪੁੱਛਦਾ ਹੈ ਕਿ ਕੀ ਇਹਨੂੰ ਰੱਖ ਲਾਂ ਕਿ ਵਾਹ ਲਵਾਂ ਇਹ ਸਾਡਾ ਦਿਮਾਗ ਦਾ ਜਿਹੜਾ ਮਾਈਂਡ ਸੈਟ ਹੈ ਇਹ ਲੋਕਾਂ ਨੇ ਬਦਲ ਦਿੱਤਾ ਹੈ ਹੁਣ ਇੱਕ ਹਾਲਾਤ ਹੋ ਰਿਹਾ ਕੁਝ ਏਰੀਆ ਦੇ ਵਿੱਚ ਸਿੱਧੀ ਬਜਾਈ ਵਾਲਾ ਝੋਨਾ ਤੀਜੇ ਪਾਣੀ ਤੋਂ ਬਾਅਦ ਚ ਪੀਲਾ ਪੈ ਰਿਹਾ ਹੈ ਕਿਸਾਨ ਨਾਲ ਮੈਂ 15 ਮਿੰਟ ਗੱਲ ਕਰਦਾ ਰਿਹਾ ਅਖੀਰ ਤੇ ਜਾ ਕੇ ਪਤਾ ਲੱਗਿਆ ਕਿ ਝੋਨਾ 36 37 ਦਿਨ ਦਾ ਹੋ ਗਿਆ ਤੇ ਯੂਰੀਆ ਹੇਠਿਕ 15 ਕਿਲੋ ਹੀ ਪਾਈ ਹੈ ਯੂਰੀਆ ਉਹਨੂੰ ਦਿੱਤੀ ਨਹੀਂ ਗਈ ਤਾਂ ਉਹਨੇ ਪੀਲਾ ਹੀ ਪੈਣਾ ਹੈ ਦੋਸਤੋ ਟਾਈਮ ਸਰ ਖਾਦਾਂ ਦਾ ਪ੍ਰਬੰਧ ਕਰੋ ਟਾਈਮ ਸਰ ਜਿਵੇਂ ਦੱਸਿਆ ਗਿਆ ਪਾਣੀ ਦਾ ਪ੍ਰਬੰਧ ਕਰੋ ਇਹ ਤਰੀਕਾ ਕਾਮਯਾਬ ਹੈ ਕਾਮਯਾਬ ਰਹੇਗਾ ਬਾਕੀ ਖੇਤੀ ਮਾਰਾਂ ਦੀ ਸਲਾਹ ਜਿਹੜੀ ਹੈਗੀ ਹੈ ਐਸ ਸੰਬੰਧੀ ਲਵੋ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਓ